ਇਹਦਾ ਟ੍ਰੀਟਮੈਂਟ ਦੇਖੋ ਪਹਿਲਾਂ ਡਾਇਗਨੋਸਿਸ ਹੈ ਜਦੋਂ ਜੇ ਸਾਨੂੰ ਕਾਰਨ ਲੱਭ ਜਾਏ ਫਿਰ ਕਾਰਨ ਦਾ ਟ੍ਰੀਟਮੈਂਟ ਪਲੱਸ ਕੁਛ ਦਵਾਈਆਂ ਮਿਰਗੀ ਵਾਸਤੇ ਦਿੱਤੀਆਂ ਜਾਂਦੀਆਂ ਜਿਹੜੇ ਕਾਮਨੈਸਟ ਕਾਰਨ ਹੈਗੇ ਆ ਜਿਸ ਤਰ੍ਹਾਂ ਹੁਣ ਜਿਹੜੇ ਬ੍ਰੇਨ ਦੇ ਕੀੜੇ ਹੈਗੇ ਆ ਜਿਹਨੂੰ ਆਪਾਂ ਨਿਊਰੋਸਿਸਟਿਕ ਸਰਕੋਸਿਸ ਕਹਿੰਦੇ ਹਾਂ ਜੋ ਲੱਭ ਜਾਂਦਾ ਫਿਰ ਅਸੀਂ ਸਟੀਰੋਇਡਸ ਦਿੰਦੇ ਹਾਂ ਨਾਲ ਐਪੀਲੈਪਸੀ ਦਵਾਈ ਦਿੰਦੇ ਹਾਂ ਜੇ ਮੰਨ ਲਓ ਸਾਨੂੰ ਕੁਛ ਵੀ ਨਹੀਂ ਮਿਲਦਾ ਫਿਰ ਕੁਛ ਸਾਨੂੰ ਬਰਾਡ ਸਪੈਕਟ੍ਰਮ ਡਰੱਗਸ ਹੈਗੇ ਆ ਜਿਹੜੇ ਅਸੀਂ ਦਿੰਦੇ ਹਾਂ ਜਿਹਦੇ ਨਾਲ ਮਿਰਗੀ ਕੰਟਰੋਲ ਹੋ ਜਾਂਦੀ ਹੈ ਕਾਫੀ ਜਿਹੜੇ 100 ਚੋਂ 85 ਲੋਕ ਤਾਂ ਕਿਓਰ ਹੋ ਜਾਂਦੇ ਆ ਜਾਂ ਟ੍ਰੀਟ ਹੁੰਦੇ ਆ ਪ੍ਰੋਪਰਲੀ 10-15% ਇਹੋ ਜਿਹੇ ਲੋਕ ਆ ਜਿਨ੍ਹਾਂ ਨੂੰ 2 ਜਾਂ 3 ਦਵਾਈਆਂ 'ਤੇ ਟ੍ਰੀਟ ਕੀਤਾ ਜਾਂਦਾ ਔਰ ਉਹਨਾਂ ਦਾ ਇੱਕ ਸਬਸੈਟ ਹੈਗਾ ਜਿਹੜੇ ਰਿਫਰੈਕਟਰੀ ਐਪੀਲੈਪਸੀਜ਼ ਹੈ ਜਿਨ੍ਹਾਂ ਦੇ ਵਿੱਚ 3-4 ਦਵਾਈਆਂ ਤੋਂ ਬਾਅਦ ਵੀ ਫਿਟਸ ਪੈਂਦੇ ਰਹਿੰਦੇ ਆ ਉਹ ਜਿਹੜੇ ਕੇਸਿਸ ਹੈਗੇ ਆ ਉਹਨਾਂ ਦੇ ਵਿੱਚ ਅਸੀਂ ਫਿਰ ਸਰਜਰੀ ਸਰਜੀਕਲ ਆਪਸ਼ਨ ਜਾਂ ਕੁਛ ਹੋਰ ਆਪਸ਼ਨਸ ਹੈਗੀਆਂ ਜਿਹੜੀਆਂ ਸੋਚੀਆਂ ਜਾਂਦੀਆਂ ਦੇਖੋ ਇੱਕ ਆਮ ਤੌਰ 'ਤੇ ਧਾਰਨਾ ਹੈਗੀ ਹੈ ਕਿ ਇੱਕ ਲੜਕੀ ਜਿਹਨੂੰ ਐਪੀਲੈਪਸੀ ਹੈਗੀ ਹੈ ਉਹਨੂੰ ਕਿ ਉਹ ਬੱਚੇ ਨਹੀਂ ਪੈਦਾ ਕਰ ਸਕਦੀ ਜਾਂ ਉਹ ਅੱਗੇ ਜੀਵਨ ਆਪਣਾ ਨਹੀਂ ਚਲਾ ਸਕਦੀ ਉਹ ਗਲਤ ਹੈਗਾ ਜਿਹੜੇ ਬੱਚੇ ਗਰਲਸ ਜਿਹੜੀਆਂ ਐਪੀਲੈਪਟਿਕ ਹੈ ਦਵਾਈ ਖਾ ਰਹੀਆਂ ਉਹਨਾਂ ਨੂੰ ਵੀ ਨੋਰਮਲ ਪ੍ਰੈਗਨੈਂਸੀ ਹੋ ਸਕਦੀ ਹੈ ਸਿਰਫ 1 ਜਾਂ 2% ਐਕਸਟਰਾ ਰਿਸਕ ਹੁੰਦਾ ਫੀਟਲ ਮੈਲਫੋਰਮੇਸ਼ਨਸ ਦਾ ਸੋ ਇੱਕ ਆਮ ਸਮਾਜ ਦੇ ਵਿੱਚ ਇਹ ਧਾਰਨਾ ਹੈਗੀ ਵੀ ਜੇ ਇੱਕ ਲੜਕੀ ਨੂੰ ਮਿਰਗੀ ਹੈਗੀ ਔਰ ਦਵਾਈ ਖਾ ਰਹੀ ਹੈ ਤਾਂ ਉਹ ਪ੍ਰੈਗਨੈਂਟ ਨਹੀਂ ਹੋ ਸਕਦੀ ਇਹ ਬਿਲਕੁਲ ਗਲਤ ਹੈ ਕੋਈ ਵੀ ਪੁਰਸ਼ ਹੋਏ ਜਾਂ ਲੜਕੀ ਹੋਏ ਆਪਣੇ ਰੀਪ੍ਰੋਡਕਟਿਵ ਫੰਕਸ਼ਨ ਔਰ ਆਪਣੀ ਪ੍ਰੋਫੈਸ਼ਨਲ ਲਾਈਫ ਨੋਰਮਲ ਰੱਖ ਸਕਦਾ ਕੁਛ ਪੇਸ਼ੈਂਟ ਹੈਗੇ ਨੇ ਜਿਹੜੇ ਕੁਛ ਪ੍ਰੋਫੈਸ਼ਨ ਨੇ ਜਿਨ੍ਹਾਂ ਦੇ ਵਿੱਚ ਐਪੀਲੈਪਟਿਕਸ ਨੂੰ ਨਹੀਂ ਜਗ੍ਹਾ ਮਿਲਦੀ ਬਾਕੀ ਸਾਰੇ ਆਪਣੀ ਲਾਈਫ ਨੋਰਮਲ ਕਰ ਸਕਦੇ ਆ ਮੈਰਿਜ ਦੇ ਵਿੱਚ ਇਹਦਾ ਕੋਈ ਇਫੈਕਟ ਨਹੀਂ ਹੈਗਾ ਨੋਰਮਲ ਮੈਰਿਡ ਲਾਈਫ ਨੋਰਮਲ ਰੀਪ੍ਰੋਡਕਟਿਵ ਲਾਈਫ ਹੋਣ ਦਾ ਕਾਫੀ ਅੱਛੇ ਚਾਂਸ ਹੁੰਦੇ ਆ ਸੋ ਇਹਦੇ ਵਿੱਚ ਕੋਈ ਡਿਸਕਰੇਜ ਨਹੀਂ ਹੈਗਾ ਕਿ ਵੀ ਉਹ ਪੇਸ਼ੈਂਟ ਜਿਹਦੀ ਕੰਟਰੋਲਡ ਐਪੀਲੈਪਸੀ ਹੈ ਉਹਨੂੰ ਉਹ ਮੈਰਿਜ ਨਹੀਂ ਕਰ ਸਕਦਾ ਜਾਂ ਆਪਣੀ ਲਾਈਫ ਨੂੰ ਅੱਛੇ ਤਰੀਕੇ ਨਾਲ ਨਹੀਂ ਜੀ ਸਕਦਾ ਜਨਰਲ ਪਬਲਿਕ ਬਹੁਤ ਗਲਤ ਧਾਰਨਾ ਨੇ ਪਹਿਲਾਂ ਤਾਂ ਜਿਸ ਤਰ੍ਹਾਂ ਪੁਰਾਣੀ ਪਿਕਚਰਾਂ 'ਚ ਦਿਖਾਇਆ ਜਾਂਦਾ ਵੀ ਮਿਰਗੀ ਦਾ ਦੌਰਾ ਪਿਆ ਤਾਂ ਜੁੱਤੀ ਸੁੰਘਾ ਦਿਓ ਉਹਦਾ ਕੋਈ ਫਾਇਦਾ ਨਹੀਂ ਹੈਗਾ ਪਹਿਲੀ ਗੱਲ ਫਿਰ ਮਿਰਗੀ ਦਾ ਦੌਰਾ ਪਿਆ ਅਤੇ ਆਪਾਂ ਕਈ ਵਾਰੀ ਫੀਮ ਦਵਾ ਦਿੰਦੇ ਹਾਂ ਉਹਦਾ ਹੋਰ ਨੁਕਸਾਨ ਹੋ ਜਾਂਦਾ ਫਿਰ ਇਹ ਸੋਚਿਆ ਜਾਂਦਾ ਵੀ ਮਿਰਗੀ ਦਾ ਹੁੰਦਾ ਇਹਦਾ ਕੋਈ ਕਿਓਰ ਨਹੀਂ ਹੈਗਾ ਅਤੇ ਜੇ ਤੁਸੀਂ ਕੁਛ ਸਟੇਟਸ 'ਚ ਹਰ ਸਟੇਟ 'ਚ ਵੱਖਰੀ ਵੱਖਰੀ ਧਾਰਨਾ ਕੁਛ ਤਾਂ ਬਾਬਿਆਂ ਕੋਲ ਜਾ ਕੇ ਝਾੜੇ 'ਚ ਕਰਾਉਂਦੇ ਆ ਕੁਛ ਜਾ ਕੇ ਕੰਨਾਂ ਦੇ ਵਿੱਚ ਧਾਗਾ ਪਵਾ ਲੈਂਦੇ ਆ ਸੋ ਉਹਦੀ ਵੀ ਕੋਈ ਲੋੜ ਨਹੀਂ ਹੈਗੀ ਚੌਥੇ ਤੌਰ 'ਤੇ ਇਹ ਹੈਗਾ ਕਿ ਵੀ ਉਹ ਕਹਿੰਦੇ ਆ ਵੀ ਜਿਹੜਾ ਹੁਣ ਇਹ ਮਿਰਗੀ ਦਾ ਮਰੀਜ਼ ਹੈ ਇਹਨੂੰ ਇਹ ਮਤਲਬ ਅਛੂਤ ਹੋ ਗਿਆ ਉਹ ਵੀ ਗੱਲ ਗਲਤ ਹੈ ਫਿਰ ਇੱਕ ਧਾਰਨਾ ਹੈਗੀ ਹੈ ਕਿ ਮਿਰਗੀ ਇਨਫੈਕਸ਼ਸ ਹੈ ਜੇ ਘਰ 'ਚ ਇੱਕ ਮਿਰਗੀ ਦਾ ਬੰਦਾ ਤਾਂ ਦੂਜੇ ਨੂੰ ਵੀ ਹੋ ਜਾਏਗੀ ਉਹ ਵੀ ਗਲਤ ਹੈਗੀ ਹੈ ਵਰਕ ਪਲੇਸ ਦੇ ਉੱਤੇ ਜਿਹੜੀ ਹੈ ਉਹ ਵੀ ਗਲਤ ਹੈਗੀ ਹੈ ਸੋ ਬਹੁਤ ਸਾਰੇ ਲੋਕ ਜਿਹੜੇ ਆ ਦਵਾਈ ਨਾ ਲੈ ਕੇ ਇੱਧਰ ਉੱਧਰ ਗਲਤ ਜਗ੍ਹਾ ਦੇ ਉੱਤੇ ਆਪਣੀ ਐਫਰਟ ਔਰ ਪੈਸਾ ਖਰਾਬ ਕਰਦੇ ਆ ਲੇਕਿਨ ਅੱਜ ਕੱਲ੍ਹ ਗਵਰਨਮੈਂਟ ਦੀ ਹੈਲਪ ਨਾਲ ਬਹੁਤ ਸਾਰੀ ਦਵਾਈਆਂ ਸਬਸਿਡਾਈਜ਼ਡ ਹੈਗੀਆਂ ਈਜ਼ੀਲੀ ਅਵੇਲੇਬਲ ਹੈ ਸਸਤੀਆਂ ਨੇ ਔਰ ਉਹ ਸਸਤੀ ਜਿਹੀ ਦਵਾਈ ਨਾਲ ਵੀ ਟ੍ਰੀਟਮੈਂਟ ਅੱਛਾ ਹੋ ਸਕਦਾ